न्यूज 18 देख रहे सारे ही दर्शकों का बहुत बहुत स्वागत है। इस वेले असी पठानकोट के ढाकी चौराहे ते खड़े हाँ अते अज असी तुहानू एक अजिही मोमोज की दुकान ते लैके जा रहे हैं जो वख-वख प्रकार के मोमोज बनाता है। आखिर किन्ने प्रकार के मोमो बनाता है आओ जानते हैं। सुमित जी किन्ने प्रकार के मोमोज तुहाडे वल्लों इत्थे बनाए जांदे हैं? सर साढ़े को ऑलमोस्ट 20 तो 25 टाइप के मोमोज होंगे है जिदे च डिफरेंट टाइप की वरायटी है। पूरे पठानकोट के विच तुहानू इन्नी वरायटी कितने भी नहीं मिलेगी जिन्ने मोमोज की वरायटी साढ़े को मिलेगी। कि मोमो की वरायटी सर जो साढ़े USP है जो साढ़े सब तो ज्यादा विकन वाले मोमोज है साढ़े कुरकुरे मोमोज क्रिस्पी मोमोज जो कि उन्होंने क्रिस्पी मोमोज भी कहते हैं कुरकुरे मोमोज भी कहते हैं KFC मोमोज भी कहते हैं। ठीक है जी मैं तुहानू उहदी लुक दिखा देना साढ़े किस तरह होंगे ने। सर ये साढ़े कुरकुरे मोमोज ने। ठीक है जी ये साढ़े सब तो ज्यादा सेल आउट होने वाली आइटम है। इस तो इलावा साढ़े को ग्रेविश आइटम्स होंगे क्रीमिश आइटम्स होंगे तंदूरी आइटम्स होंगे मोमोज के। ठीक है जी चिली गार्लिक भी होंगे थोड़े अलग अलग फ्लेवर वाले कस्टमर आते हैं साढ़े को सब फ्लेवर के मोमोज हैं। कुछ साल पहला की गल करिए तो स्टीम मोमोज आते थे उस तो बाद फ्राइड मोमो आए किवें मन दे विच कंसेप्ट आया किन्ने तरह के मोमोज बनाने? सर बेसिक मोमोज तो सारी जगह मिल जाएंगे तुहानू ते कस्टमर नू कुछ नवी चीज दिती जावे ते ऑटोमेटिकली तुहाडी डिमांड बढ़ेगी। सो इस चीज़ नू दिमाग च रखते हुए असी मोमोज दे लई ही एक अलग अलग नवी वरायटी असी स्टार्ट कीती जिहदे च अलग अलग फ्लेवर दिया कुछ क्रीमिश आ गया कुछ क्रिस्प आ गया कुछ उहदा चटपटा जिहा फ्लेवर आ गया बेसिक तो हट के साढ़े को मोमोज मिलेंगे। मोमोज ते आ गए लेकिन गोलू मोमोज ਇਹ ਕਨਸੈਪਟ ਕਿੱਥੋਂ ਆਇਆ ਨਾਮ ਸਮੇਤ ਤੁਹਾਡਾ ਗੋਲੂ ਮੋਮੋਜ਼? ਗੋਲੂ ਮੋਮੋਜ਼ ਗੋਲੂ ਐਕਚੁਅਲੀ ਮੇਰੇ ਬ੍ਰਦਰ ਇਨ ਲਾਅ ਦਾ ਨਾਮ ਹੈ ਜਿਹੜੇ ਨਾਲ ਇੱਥੇ ਤੁਹਾਡੇ ਸਾਹਮਣੇ ਕੰਮ ਕਰਦੇ ਨੇ। ਇਹ ਮੈਂ ਅਤੇ ਮੇਰਾ ਬ੍ਰਦਰ ਇਨ ਲਾਅ ਅਸੀਂ ਦੋਨੋਂ ਮਿਲ ਕੇ ਆ ਕੰਮ ਕਰਦੇ ਹਾਂ। ਠੀਕ ਹੈ ਜੀ ਗੋਲੂ ਇਹਨਾਂ ਦਾ ਹੀ ਨਾਮ ਹੈ ਜਿਨ੍ਹਾਂ ਦੇ ਨਾਮ ਤੋਂ ਅਸੀਂ ਸ਼ੋਪ ਨੂੰ ਚਲਾਇਆ ਹੋਇਆ। ਇਸ ਤੋਂ ਇਲਾਵਾ ਹੋਰ ਕਿਹੜੀ ਕਿਹੜੀਆਂ ਵਰਾਇਟੀਆਂ ਜਿਹੜੀਆਂ ਇੱਥੇ ਗੋਲੂ ਮੋਮੋਜ਼ ਦੇ ਉੱਤੇ ਮਿਲਦੀਆਂ? ਸਰ ਸਾਡੇ ਕੋਲ 8 ਤੋਂ 10 ਟਾਈਪ ਦੇ ਤੁਹਾਨੂੰ ਚੌਮਿਨ ਮਿਲਣਗੇ। ਸਪਰਿੰਗ ਰੋਲ ਦੇ ਵਿੱਚ ਸਾਡੇ ਕੋਲ 6 ਤੋਂ 7 ਟਾਈਪ ਦੀ ਵਰਾਇਟੀ ਹੈਗੀ ਹੈ। ਤੰਦੂਰੀ ਦੇ ਵਿੱਚ ਸਾਡੇ ਕੋਲ 20 ਤੋਂ 25 ਟਾਈਪ ਦੀਆਂ ਆਈਟਮਸ ਹੈ ਜਿਹਦੇ ਵਿੱਚ ਪਨੀਰ ਦੀਆਂ ਆਈਟਮਸ ਹੈ ਮਸ਼ਰੂਮ ਦੀਆਂ ਆਈਟਮਸ ਹੈ ਮੋਮੋਸ ਦੀਆਂ ਆਈਟਮਸ ਨੇ ਤੰਦੂਰ 'ਚ ਵੀ ਸਾਡੇ ਕੋਲ ਬੜੀਆਂ ਆਈਟਮਸ ਹੈਗੀਆਂ। ਇਸ ਤੋਂ ਇਲਾਵਾ ਚੌਮਿਨ ਸਪਰਿੰਗ ਰੋਲ ਬਰਗਰ ਸਾਡੇ ਕੋਲ ਸਰ 8 ਤੋਂ 10 ਟਾਈਪ ਦੇ ਮਿਲਣਗੇ ਡਿਫਰੈਂਟ ਟਾਈਪ ਦੇ ਬਰਗਰ ਜਿਹੜੇ ਤੁਹਾਨੂੰ ਬਾਜ਼ਾਰ 'ਚ ਨਹੀਂ ਮਿਲਣਗੇ। ਉਸ ਤੋਂ ਇਲਾਵਾ ਮਲਾਈ ਚਾਪ ਹੈ ਬਾਕੀ ਸਨੈਕਸ ਜੋ ਰੂਟੀਨ 'ਚ ਬਾਜ਼ਾਰ 'ਚ ਮਿਲਦੇ ਉਹ ਵੀ ਸਾਡੇ ਕੋਲ ਅਵੇਲੇਬਲ ਹੈ। ਜਿਹੜਾ ਤੁਹਾਡਾ ਮੇਨ ਹੈ ਉਹ ਮੋਮੋਜ਼ ਹੈ? ਦੁਕਾਨ ਦੇ ਨਾਮ ਤੋਂ ਤੁਸੀਂ ਆਪੇ ਅੰਦਾਜ਼ਾ ਲਗਾ ਸਕਦੇ ਹੋ ਕਿ ਸਾਡਾ ਨਾਮ ਗੋਲੂ ਮੋਮੋਜ਼ ਹੈ। ਮੋਮੋਜ਼ ਮਤਲਬ ਸਿਰਫ ਸਾਡਾ ਸਾਰਾ ਫੋਕਸ ਸਾਡੇ ਮੋਮੋਜ਼ ਦੇ ਉੱਤੇ ਹੁੰਦਾ ਹੈ ਜਿਹਦੀ ਵਜ੍ਹਾ ਕਰਕੇ ਸਾਡਾ ਬਿਜ਼ਨਸ ਹੈ। ਅਸੀਂ ਦੇਖ ਰਹੇ ਹਾਂ ਕੁਝ ਫਰਾਈ ਵੀ ਹੋ ਰਿਹਾ ਇਹ ਕੀ ਚੀਜ਼ ਹੈਗਾ ਥੋੜਾ ਇਸ ਬਾਰੇ? ਸਰ ਇਹ ਕੁਲਕੁਲੇ ਮੋਮੋਜ਼ ਦੀ ਫਰਾਈ ਹੋ ਰਹੀ ਹੈ ਜੀ ਇਹਦੇ ਵਿੱਚ। ਠੀਕ ਹੈ ਜੀ ਇਹ ਸੌਰੀ ਇਹ ਚਾਪ ਫਰਾਈ ਹੋ ਰਹੀ ਹੈ। ਠੀਕ ਹੈ ਹਲੇ ਕੁਲਕੁਲੇ ਮੋਮੋਜ਼ ਮੈਂ ਤੁਹਾਨੂੰ ਦਿਖਾਏ ਸੀਗੇ ਉਹ ਫਰਾਈ ਹੋਣਗੇ ਉਹਦਾ ਕਲਰ ਇਸ ਤੋਂ ਵੀ ਵਧੀਆ ਆਏਗਾ ਉਹਦਾ ਬੜਾ ਵਧੀਆ ਫਲੇਵਰ ਆਉਂਦਾ ਹੈ। ਅਸੀਂ ਦੇਖਿਆ ਕਿ ਜਦ ਤੱਕ ਆਪਾਂ ਆਏ ਵੀ ਹੈਗੇ ਆ ਇੱਥੇ ਸਭ ਤੋਂ ਜ਼ਿਆਦਾ ਜਿਹੜੇ ਕੁਲਕੁਲੇ ਮੋਮੋਜ਼ ਹੈਗੇ ਆ ਅਸੀਂ ਇੱਕ ਚੀਜ਼ ਨੋਟ ਕਰਦੇ ਹਾਂ ਵੀ ਜਿਹੜੇ ਕੁਲਕੁਲੇ ਮੋਮੋਜ਼ ਹੈਗੇ ਆ ਬਾਹਰੋਂ ਤੱਕ ਤੇ ਦੇਖਣ ਨੂੰ ਅੱਛੇ ਲੱਗਦੇ ਪਏ ਹੈਗੇ ਆ ਅੰਦਰ ਫੀਲਿੰਗ ਕੀ ਹੈ ਥੋੜਾ ਇਸ ਬਾਰੇ ਵੀ ਦੱਸੋ? ਸਾਡੇ ਕੋਲ 2 ਟਾਈਪ ਦੀ ਸਟਫ ਫੀਲਿੰਗ ਰਹਿੰਦੀ ਹੈ। ਇੱਕ ਤੇ ਅਸੀਂ ਉਹਦੇ ਵਿੱਚ ਵੈਜਿਸ ਦੀ ਫੀਲਿੰਗ ਦਿੰਦੇ ਹਾਂ। ਠੀਕ ਹੈ ਜੀ ਵੈਜਿਸ ਦੇ ਵਿੱਚ ਸਾਡੀਆਂ ਬੰਦ ਗੋਭੀ ਰਹਿੰਦੀ ਹੈ ਸ਼ਿਮਲਾ ਰਹਿੰਦੀ ਹੈ ਮਟਰ ਰਹਿੰਦਾ ਹੈ ਗਾਜਰ ਰਹਿੰਦਾ ਹੈ ਕਾਫੀ ਸਾਰੀ ਵੈਜਿਸ ਹੁੰਦੀਆਂ ਬ੍ਰੋਕਲੀ ਰਹਿੰਦਾ ਹੈ। ਉਸ ਤੋਂ ਇਲਾਵਾ ਸਾਡੇ ਕੋਲ ਸੈਕਿੰਡ ਟਾਈਪ ਦੀ ਸਟਫਿੰਗ ਆਉਂਦੀ ਹੈ ਸਰ ਪਨੀਰ ਦੀ। ਪਨੀਰ ਦੇ ਵਿੱਚ ਪ੍ਰੋਪਰ ਪਨੀਰ ਦੀ ਸਟਫਿੰਗ ਹੁੰਦੀ ਹੈ ਤੁਸੀਂ ਕਦੀ ਵੀ ਸਾਡਾ ਮੋਮੋਸ ਚੈੱਕ ਕਰੋਗੇ ਉਹਨੂੰ ਤੋੜੋਗੇ ਤੁਹਾਨੂੰ ਪ੍ਰੋਪਰ ਪਨੀਰ ਦੀ ਫੀਲਿੰਗ ਮਿਲੇਗੀ ਔਰ ਸਾਡਾ ਪਨੀਰ ਵੀ ਜਿਹੜਾ ਹੋਏਗਾ ਸਰ ਬੈਸਟ ਕੁਆਲਿਟੀ ਹੋਏਗਾ ਜਿਹੜਾ ਫੁੱਲ ਕ੍ਰੀਮ ਪਨੀਰ ਹੁੰਦਾ ਹੈ ਜਿਹਦੀ ਵਜ੍ਹਾ ਕਰਕੇ ਕਸਟਮਰ ਸਾਡੇ ਕੋਲ ਰਿਪੀਟ ਆਉਂਦੇ ਹੀ ਆਉਂਦੇ ਆ। ਅੱਜ ਤੁਸੀਂ ਇੱਥੇ ਆਏ ਹੋ ਕੀ ਖਾਣ ਦੇ ਲਈ ਇੱਥੇ? ਅਸੀਂ ਸਪੈਸ਼ਲ ਕੁਲਕੁਲੇ ਮੋਮੋਸ ਖਾਣ ਵਾਸਤੇ ਹੀ ਆਉਂਦੇ ਆ ਕਿਉਂਕਿ ਇੱਥੋਂ ਦਾ ਇਹ ਕੁਲਕੁਲੇ ਮੋਮੋਸ ਬਹੁਤ ਮਸ਼ਹੂਰ ਹੈ ਤੇ ਸਭ ਤੋਂ ਵਧੀਆ ਕੁਲਕੁਲੇ ਮੋਮੋਸ ਹੀ ਹੈ। ਵੈਰਾਈਟੀਜ਼ ਵਗੈਰਾ ਬਹੁਤ ਜ਼ਿਆਦਾ ਹੈ ਇੱਥੇ। ਵੈਰਾਈਟੀ ਬਹੁਤ ਜ਼ਿਆਦਾ ਹੈਗੀ ਹੈ ਤੇ ਹੋਰ ਕੀ ਕੀ ਖਾਸ ਲੱਗਦਾ ਹੈ ਇੱਥੇ? ਕੁਲਕੁਲੇ ਮੋਮੋਸ ਹੈ ਚਾਂਪਸ ਹੈ ਨੂਡਲਸ ਹੈ ਨੂਡਲਸ ਦੀ ਕਾਫੀ ਬਹੁਤ ਜ਼ਿਆਦਾ ਵੈਰਾਈਟੀਜ਼ ਹੈ। ਇਹ ਸਭ ਕੁਝ ਵਧੀਆ ਹੈ। ਸਿਟਿੰਗ ਬਹੁਤ ਵਧੀਆ ਹੈ। ਬਾਕੀ ਸਭ ਵਧੀਆ ਹੈ ਖਾਣ ਨੂੰ ਬੈਸਟ ਹੈ ਸਭ ਨੂੰ ਅੱਛੀ ਤਰ੍ਹਾਂ ਫੀਲ ਮਤਲਬ ਬੱਚੇ ਵੀ ਬਹੁਤ ਪਸੰਦ ਕਰਦੇ ਆ ਸਭ ਕੁਝ ਬਹੁਤ ਵਧੀਆ ਲੱਗਦਾ ਹੈ ਬੱਚਿਆਂ ਨੂੰ ਜੀ ਇੱਥੇ ਸਭ ਕੁਝ ਬਹੁਤ ਵਧੀਆ ਲੱਗਦਾ ਜੀ ਬੱਚੇ ਜਿੱਦ ਕਰਦੇ ਵੀ ਅਸੀਂ ਗੋਲੂ ਤੇ ਮੋਮੋਜ਼ ਹੀ ਖਾਣੇ ਆ ਗੋਲੂ ਦੇ ਮੋਮੋਜ਼ ਮੂੰਹ ਨੂੰ ਲੱਗ ਜਾਣ ਦੇ ਬਾਅਦ ਲੱਥਦੇ ਨਹੀਂ ਮੂੰਹ ਤੋਂ। ਪਠਾਨਕੋਟ ਚ ਅਸੀਂ ਦੇਖਿਆ ਬੜੇ ਮੋਮੋਜ਼ ਵਾਲੇ ਹੈਗੇ ਆ ਬੜੇ ਫਾਸਟ ਫੂਡ ਵਾਲੇ ਆ ਖਾਸ ਕੀ ਹੈ ਗੋਲੂ ਮੋਮੋਜ਼? ਬਸ ਜੀ ਇੱਕ ਵਾਰੀ ਮੂੰਹ ਚ ਰੱਖੋ ਸੀ ਪਤਾ ਲੱਗ ਜਾਏਗਾ ਬਹੁਤ ਸਵਾਦ ਜੀ ਇਹਨਾਂ ਦੇ ਗੋਲੂ ਦੇ ਮੋਮੋਜ਼ ਬੈਸਟ ਹੈ ਸਭ ਤੋਂ ਬਹੁਤ ਵਧੀਆ ਪੂਰੇ ਸ਼ਹਿਰ ਨਾਲੋਂ ਵਧੀਆ ਜੀ। ਜਬ ਵੀ ਯਹਾਂ ਪੇ ਆਤੇ ਹੈਂ ਯਹਾਂ ਕੇ ਪਨੀਰ ਕੁਰਕੁਰੇ ਮੋਮੋਜ਼ ਸਭ ਸੇ ਬੈਸਟ ਹੈ ਆਪ ਇੱਕ ਵਾਰ ਯਹਾਂ ਪੇ ਆ ਕੇ ਖਾ ਕੇ ਦੇਖੀਏ ਐਂਡ ਆਪ ਬਾਰ ਬਾਰ ਯਹਾਂ ਪੇ ਆਏਂਗੇ ਖਾਣੇ ਕੇ ਲਈ।
कब से आ रहे हैं आप यहाँ? मुझे ऑलमोस्ट एक साल हो गए यहाँ पे आते हुए, तो मुझे काफी अच्छा लगता है खाने में। और सेम जैसे हम लोग साथ में ही आते हैं तो लगभग एक साल से हम खा रहे हैं, और जगह अच्छा है, हाइजीन है और अच्छा है।